ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਕੱਲ੍ਹ ਆਪਣਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਸਿਲੇਬਸ ਆ ਗਿਆ, ਉਹਦੇ ਵਿੱਚ ਕਰੰਟ ਅਫੇਅਰਸ ਆਪਾਂ ਕਿਵੇਂ ਕਵਰੇਜ ਕਰਨੇ ਨੇ, ਉਹ ਸਾਰੀ ਚੀਜ਼ ਦੀ ਡਿਸਕਸ਼ਨ ਅੱਜ ਆਪਾਂ ਇੱਥੇ ਕਰਾਂਗੇ ਕਿ ਕਰੰਟ ਅਫੇਅਰਸ ਨੂੰ ਕਿਵੇਂ ਡਿਸਕਸ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਡਿਸਕਸ ਕਰਾਂਗੇ ਕਰੰਟ ਅਫੇਅਰ ਕਿੰਨੇ ਕੁ ਇੰਪੋਰਟੈਂਟ ਨੇ ਅਤੇ ਕਿਉਂ ਇੰਪੋਰਟੈਂਟ ਨੇ ਆਪਣੇ ਲਈ, ਵੀ ਕਿੰਨੀ ਕੁ ਕਵਰੇਜ ਹੋਊਗੀ ਇਹਦੇ ਵਿੱਚ। ਇਹ ਆਪਣਾ ਸਿਲੇਬਸ ਜਿਹਦੇ ਕਰਕੇ ਆਪਾਂ ਕਰੰਟ ਅਫੇਅਰ ਦੀ ਸਟ੍ਰੈਟੇਜੀ ਡਿਸਕਸ ਕਰ ਰਹੇ ਹਾਂਗੇ। ਇਹਦੇ ਵਿੱਚ ਆਪਣੇ ਕੋਲ GS ਔਰ GK ਦੀ ਜਿਹੜੀ ਵੇਟੇਜ ਹੈਗੀ ਉਹ ਆਊਟ ਆਫ 120 50 ਮਾਰਕਸ ਦੀ ਹੈਗੀ, ਜਿਹੜੀ ਕਾਫੀ ਵੱਡੀ ਵੇਟੇਜ ਹੋ ਜਾਂਦੀ ਹੈਗੀ 50 ਮਾਰਕਸ ਦੀ, ਜਿਹਦੇ ਅਕੋਰਡਿੰਗ ਕਰੰਟ ਅਫੇਅਰਸ ਵੀ ਉਨੀ ਇੰਪੋਰਟੈਂਟ ਹੋ ਜਾਂਦੇ ਨੇ ਆਪਣੇ ਲਈ। ਐਕਸਾਈਜ਼ ਦੇ ਵਿੱਚ ਇਹ ਵੇਟੇਜ ਸੀਗੀ 25 ਪਲੱਸ 16, ਮਤਲਬ ਉੱਥੇ 41 ਨੰਬਰ ਦਾ ਸੀਗਾ, ਇਸ ਵਾਰ 50 ਨੰਬਰ ਦਾ ਹੈਗਾ। ਜਿਹੜਾ ਇਹ ਵਾਲਾ 120 ਕੁਐਸਚਨਸ ਦਾ ਸਿਲੇਬਸ ਆਇਆ ਆਪਣੇ ਕੋਲ, ਕਰੰਟ ਅਫੇਅਰਸ ਕਿੰਨੇ ਕੁ ਇੰਪੋਰਟੈਂਟ ਨੇ। ਇੱਕ ਤਾਂ ਡਾਇਰੈਕਟਲੀ ਕੁਐਸਚਨਸ ਨੇ ਜਿਵੇਂ ਸਿਨੇਮਾ ਐਂਡ ਲਿਟਰੇਚਰ ਹੈਗਾ ਆਪਣੇ ਕੋਲ, ਸਾਰਾ ਸਪੋਰਟਸ ਰਿਲੇਟਡ ਨੇਗੇ, ਇਹ ਸਾਰੇ ਡਾਇਰੈਕਟਲੀ ਕਰੰਟ ਅਫੇਅਰਸ, ਮਤਲਬ ਆਪਾਂ ਨੂੰ ਫੀਲ ਹੁੰਦਾ ਵੀ ਹਾਂ ਇਹ ਕਰੰਟ ਦੇ ਟੌਪਿਕ ਨੇਗੇ। ਬਾਕੀ ਵੀ ਕਿਵੇਂ ਕਰੰਟ ਨਾਲ ਰਿਲੇਟਡ ਹੋ ਜਾਂਦੇ ਨੇ ਆਪਣੇ ਸਾਰੇ ਸਬਜੈਕਟਸ, ਜਿਹੜਾ ਪਿੱਛੇ ਵਰਡ ਲਿਖਿਆ ਹੁੰਦਾ ਇਸ਼ੂਜ਼, ਜਿਵੇਂ ਆਪਾਂ ਕਹਿ ਦਿੰਦੇ ਵੀ ਪੋਲਿਟੀ ਦਾ ਟੌਪਿਕ ਹੈ, ਵੀ ਪੋਲਿਟੀ ਤਾਂ ਆਪਾਂ ਪੜ੍ਹ ਲਈ, ਪੋਲਿਟੀ ਦੇ ਇਸ਼ੂਜ਼ ਇਹ ਕੀ, ਇਹਦਾ ਮਤਲਬ ਕੀ ਹੈ, ਤਾਂ ਇਹਦਾ ਮਤਲਬ ਇਹੀ ਹੋ ਜਾਂਦਾ ਵੀ ਕਰੰਟ ਦੇ ਵਿੱਚ ਜਿਹੜੇ ਇਸ਼ੂਜ਼ ਚੱਲ ਰਹੇ ਨੇਗੇ ਉਹਨਾਂ ਨੂੰ ਲਿਖਿਆ ਹੁੰਦਾ ਵੀ ਪੋਲਿਟੀ ਦੇ, ਪੋਲਿਟੀ ਵੀ ਕਰਨੀ ਹੈ ਪਲੱਸ ਇਸ਼ੂਜ਼ ਵੀ ਕਰਨੇ ਨੇ ਆਪਾਂ, ਵੀ ਜਿਹੜੇ ਕਰੰਟ ਦੇ ਵਿੱਚ ਡਿਸਕਸ ਹੋ ਰਹੇ ਨੇਗੇ। ਜਿਵੇਂ ਕੋਈ ਅਪੁਆਇੰਟਮੈਂਟ ਹੁੰਦੀ ਆ ਪੋਲਿਟੀ ਦੇ ਵਿੱਚ, ਆਪਾਂ ਰੀਸੈਂਟ ਆਪਣੀਆਂ ਕਰੰਟ ਦੀਆਂ ਕਲਾਸਿਸ ਦੇਖਿਆ ਸੀ, ਚੀਫ ਇਨਫੋਰਮੇਸ਼ਨ ਕਮਿਸ਼ਨ ਦੀ, ਕਮਿਸ਼ਨਰ ਦੀ ਅਪੁਆਇੰਟਮੈਂਟ ਹੋਈ ਸੀਗੀ, ਜਾਂ ਹੋਰ ਕੋਈ ਵੀ ਸੈਸ਼ਨ, ਬਜਟ ਸੈਸ਼ਨ ਚੱਲਦਾ ਹੈ, ਕੋਈ ਵਿੰਟਰ ਸੈਸ਼ਨ ਚੱਲ ਰਿਹਾ ਜਿਵੇਂ ਹੁਣ, ਉਹ ਸਾਰਾ ਕੁਝ ਵੀ ਇਸ ਤਰੀਕੇ ਨਾਲ। ਇਨਵਾਇਰਮੈਂਟਲ, ਕਿਤੇ ਕੋਈ ਨੈਸ਼ਨਲ ਪਾਰਕ ਨਿਊਜ਼ 'ਚ ਹੈਗਾ, ਵਾਈਲਡ ਲਾਈਫ ਸੈਂਚਰੀ ਨਿਊਜ਼ 'ਚ ਹੈ, ਕੋਈ ਸਪੀਸ਼ੀਜ਼ ਨਿਊਜ਼ 'ਚ ਹੈ, ਜਿਵੇਂ ਡੋਲਫਿਨ ਪ੍ਰੋਜੈਕਟ ਲਾਂਚ ਕੀਤਾ ਤਾਮਿਲਨਾਡੂ ਨੇ, ਇਸ ਤਰੀਕੇ ਨਾਲ ਇਨਵਾਇਰਮੈਂਟਲ ਇਸ਼ੂਜ਼ ਆ ਜਾਂਦੇ ਨੇ। ਡਾਇਰੈਕਟਲੀ ਵਰਡ ਮੈਂਸ਼ਨ ਹੈ ਕਰੰਟ ਅਫੇਅਰਸ, ਬਟ ਇਹ ਇਕੱਲਾ ਇਕੱਲਾ ਇਹੀ ਵਰਡ ਕਰੰਟ ਅਫੇਅਰਸ ਨਹੀਂ ਆਉਂਦਾ, ਬਾਕੀ ਸਾਰੇ ਵੀ ਕਿਵੇਂ ਆਉਂਦੇ ਨੇ ਆਪਾਂ ਦੇਖ ਰਹੇ ਹਾਂਗੇ। ਸਾਇੰਸ ਐਂਡ ਟੈਕਨੋਲੋਜੀ, ਸਾਇੰਸ ਐਂਡ ਟੈਕਨੋਲੋਜੀ 'ਚ ਨਾਸਾ ਕੋਈ ਮਿਸ਼ਨ ਲਾਂਚ ਕਰਦਾ, ਕੋਈ ਨਿਊ ਵੈਕਸੀਨ ਆਈ ਹੈ, ਜਿਵੇਂ ਆਪਾਂ ਚਿਕਨਗੁਨੀਆ ਦੀ ਨਵੀਂ ਵੈਕਸੀਨ ਦੇਖੀ ਸੀ ਵਰਡ 'ਚ ਲਾਂਚ ਹੋਈ ਹੈ, ਕੋਕੀਨ ਨਾਲ ਰਿਲੇਟਡ ਵੈਕਸੀਨ ਦੇਖੀ ਸੀਗੀ। ਉਦੋਂ ਬਾਅਦ ਇਕਨੋਮਿਕ ਇਸ਼ੂਜ਼, ਇਕਨੋਮਿਕ ਇਸ਼ੂਜ਼ ਕਿੱਦਾਂ ਦੇ ਇਸ਼ੂਜ਼ ਆ ਜਾਂਦੇ ਨੇ, ਜਿਵੇਂ ਆਪਾਂ ਵਿੰਡਫਾਲ ਟੈਕਸ ਦੀ ਡੈਫੀਨੇਸ਼ਨ ਦੇਖੀ ਸੀ, ਉਹ ਸਾਰਾ ਕੁਛ ਇਕਨੋਮਿਕ ਇਸ਼ੂਜ਼ ਆ ਜਾਂਦਾ, ਵੀ ਇੰਡੀਆ ਦੀ GDP ਕਿਵੇਂ ਗਰੋ ਕਰ ਰਹੀ ਹੈ, ਕਦੋਂ ਤੱਕ ਆਪਾਂ ਸਰਪਾਸ ਕਰਨਾ ਹੈ, ਜਿਵੇਂ ਵਿਜ਼ਨ 2047 ਹੁਣ ਲਾਂਚ ਕੀਤਾ ਸੀਗਾ ਆਪਣੇ ਨੀਤੀ ਆਯੋਗ ਨੇ। ਤਾਂ ਉਦੋਂ ਬਾਅਦ ਹਿਸਟਰੀ, ਹਿਸਟਰੀ ਰਿਲੇਟਡ, ਹਿਸਟਰੀ ਦਾ ਵੈਸੇ ਤਾਂ ਮਤਲਬ ਕਰੰਟ ਨਾਲ ਆਪਾਂ ਰਿਲੇਟ ਕਰਨਾ ਬਹੁਤ ਔਖਾ ਹੋ ਜਾਂਦਾ, ਪਰ ਫਿਰ ਵੀ ਹਿਸਟਰੀ ਕਿਵੇਂ ਕਰੰਟ ਨਾਲ ਰਿਲੇਟ ਹੋ ਜਾਂਦੀ ਹੈ, ਜਿਵੇਂ ਹੁਣ ਰੀਸੈਂਟਲੀ ਮੌਲਾਨਾ ਅਬੁਲ ਕਲਾਮ ਆਜ਼ਾਦ, JB ਕ੍ਰਿਪਲਾਨੀ ਦੀ 11th ਆਫ ਨਵੰਬਰ ਨੂੰ ਬਰਥ ਐਨਵਰਸਰੀ ਸੀਗੀ, ਤਾਂ ਉਹ ਬਹੁਤ ਇੰਪੋਰਟੈਂਟ ਹਿਸਟੋਰੀਕਲ ਫਿਗਰਸ ਨੇ, ਆਪਾਂ ਨੂੰ ਪਤਾ 14 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਜੀ ਦੀ ਬਰਥ ਐਨਵਰਸਰੀ ਸੀ, ਤਾਂ ਇਹਨਾਂ ਨਾਲ ਰਿਲੇਟਡ ਆਪਾਂ ਹਿਸਟਰੀ ਦੇਖ ਲੈਂਦੇ ਹੁੰਦੇ ਹਾਂ ਵੀ 14 ਨੂੰ ਉਹਨਾਂ ਨੂੰ ਬਰਥ ਐਨਵਰਸਰੀ ਐਜ਼ ਏ ਚਿਲਡਰਨ ਡੇ ਸੈਲੀਬ੍ਰੇਟ ਕੀਤਾ ਜਾਂਦਾ, ਉਦੋਂ ਇੱਕ ਬਹੁਤ ਛੋਟਾ ਫੈਕਟ ਹੈਗਾ ਵੀ ਜਵਾਹਰ ਲਾਲ ਨਹਿਰੂ ਜੀ ਨੇ ਕੀ ਕੰਟਰੀਬਿਊਟ ਕੀਤਾ ਆਪਣੀ ਹਿਸਟਰੀ ਦੇ ਵਿੱਚ, ਕਿਹੜੇ ਕਿਹੜੇ ਨੈਸ਼ਨਲ ਮੂਵਮੈਂਟ ਦੇ ਵਿੱਚ ਉਹਨਾਂ ਨੇ ਪਾਰਟੀਸਪੇਟ ਕੀਤਾ ਹੈਗਾ, ਉਹ ਸਾਰਾ ਕੁਝ ਦੇਖ ਕੇ ਆਪਾਂ ਕਿਹੜੀਆਂ ਬੁੱਕਸ ਨੇ ਉਹਨਾਂ ਦੀਆਂ ਜਿਹੜੀਆਂ, ਉਹਨਾਂ ਨੇ ਆਟੋਬਾਇਓਗ੍ਰਾਫੀ ਦਾ ਨਾਮ ਕੀ ਹੈ, ਇਸ ਤਰੀਕੇ ਨਾਲ ਹਿਸਟੋਰੀਕਲ ਇਸ਼ੂਜ਼ ਵੀ ਆਪਾਂ ਕਰੰਟ ਦੇ ਥਰੂ ਰਿਲੇਟ ਕਰ ਦੇਵਾਂਗੇ। ਨੈਕਸਟ ਆ ਜਾਂਦਾ ਜੋਗਰਫੀ, ਜੋਗਰਫੀ 'ਚ ਆ ਜਾਂਦਾ ਕੋਈ ਇੰਪੋਰਟੈਂਟ ਡੈਮ ਹੈ, ਕੋਈ ਰਿਵਰ ਹੈ, ਇਹ ਸਾਰੀਆਂ ਨਿਊਜ਼ 'ਚ ਨੇ, ਕੋਈ ਸੋਇਲ ਦੀ ਪ੍ਰੋਡਕਸ਼ਨ ਹੈ, ਕੋਈ ਕ੍ਰੋਪਸ ਵਗੈਰਾ ਨੇਗੀਆਂ, ਇਸ ਤਰੀਕੇ ਨਾਲ ਜੋਗਰਫੀ ਆਪਣੀ ਰਿਲੇਟ ਹੋ ਜਾਂਦੀ ਹੈ। ਪੰਜਾਬ ਦਾ ਕਿਵੇਂ ਹੁੰਦਾ, ਪੰਜਾਬ ਦੀਆਂ ਸਕੀਮਸ, ਪੰਜਾਬ ਨੇ ਗੁਰੂ ਨਾਨਕ ਦੇਵ ਜੀ ਦੀ ਬਰਥ ਐਨਵਰਸਰੀ 'ਤੇ ਪਿਲਗਰੀਮੇਜ ਸਕੀਮ ਜਿਹੜੀ ਲਾਂਚ ਹੋਣੀ ਹੈਗੀ, ਅਤੇ ਆਟਾ ਦਾਲ ਸਕੀਮ ਜਿਹੜੀ ਲਾਂਚ ਹੋਣੀ ਹੈਗੀ, ਉਹ ਸਾਰਾ ਕੁਛ ਪੰਜਾਬ ਦੀ ਐਵੇਂ ਕਵਰੇਜ ਹੋਊਗੀ। ਇਸ ਤਰੀਕੇ ਨਾਲ ਆਪਾਂ ਦੇਖੀਏ ਵੀ ਕਰੰਟ ਆਪਣੇ ਲਈ ਕਿਵੇਂ ਇੰਪੋਰਟੈਂਟ ਹੈ ਸਿਲੇਬਸ ਦੇ ਅਕੋਰਡਿੰਗ। ਸੋ ਨੈਕਸਟ ਆਪਾਂ ਦੇਖਦੇ ਹਾਂਗੇ ਕਿ ਆਪਾਂ ਕਿਹੜੇ ਕਿਹੜੇ ਪੁਆਇੰਟਸ ਨੂੰ ਕਵਰ ਕਰਕੇ ਚੱਲਾਂਗੇ। ਸੋ ਇਹ ਸਾਰਾ ਕੁਛ ਹੈ, ਸਭ ਤੋਂ ਪਹਿਲਾਂ ਤਾਂ ਆਪਣੀ ਐਕਸਪੈਕਟਡ ਐਗਜ਼ਾਮ ਡੇਟ, ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਜਿਹੜਾ ਪੇਪਰ ਹੈ, ਆਪਾਂ ਇਹ ਐਕਸਪੈਕਟ ਕਰਕੇ ਚੱਲਦੇ ਹਾਂ ਪਹਿਲਾਂ ਤਾਂ ਵੀ ਆਪਣਾ ਪੇਪਰ ਮੋਸਟ ਪ੍ਰੋਬੇਬਲੀ ਜਨਵਰੀ 'ਚ ਹੋ ਸਕਦਾ ਹੈਗਾ, ਅਗਰ ਜਨਵਰੀ ਨਹੀਂ ਹੋਊਗਾ ਤਾਂ ਫਿਰ ਮਾਰਚ 'ਚ ਜਾਊਗਾ, ਪਹਿਲਾਂ ਤਾਂ ਆਪਾਂ ਟਾਰਗੇਟ ਕਰਕੇ ਚੱਲਾਂਗੇ ਕਿਉਂਕਿ ਅਗਰ ਆਪਾਂ ਸੋਚਿਆ ਮਾਰਚ 'ਚ ਜਾਊਗਾ ਬਟ ਪੇਪਰ ਸਪੋਜ਼ ਕਰੋ ਜਨਵਰੀ 'ਚ ਹੋ ਗਿਆ, ਫਿਰ ਉਹਦੇ ਲਈ ਆਪਣੇ ਕੋਲ ਕੋਈ ਸੋਲਿਊਸ਼ਨ ਨਹੀਂ, ਬਟ ਜੇ ਆਪਾਂ ਜਨਵਰੀ ਟਾਰਗੇਟ ਕਰਕੇ ਚੱਲਾਂਗੇ ਪੇਪਰ ਮਾਰਚ 'ਚ ਹੋਇਆ, ਉਹਦੇ ਲਈ ਕਾਫੀ ਆਪਣੇ ਲਈ ਬੈਨੀਫਿਸ਼ੀਅਲ ਪੁਆਇੰਟ 'ਤੇ ਰਹਾਂਗੇ ਆਪਾਂ। ਐਕਸਪੈਕਟਡ ਐਗਜ਼ਾਮ ਡੇਟ ਆਪਾਂ ਮੰਨ ਕੇ ਚੱਲਾਂਗੇ ਵੀ ਆਪਣਾ ਪੇਪਰ ਜੈਨ ਦੇ ਲਾਸਟ 'ਚ ਹੋਊਗਾ। ਇਸ ਦੇ ਅਕੋਰਡਿੰਗ ਆਪਾਂ ਕਿਵੇਂ, ਕਿੰਨਾ ਕੁ ਕਰੰਟ ਅਫੇਅਰ ਕਵਰ ਕਰਨਾ ਚਾਹੀਦਾ ਆਪਾਂ ਨੂੰ,
ਆਪਾਂ ਨੂੰ 1 ਇਅਰ ਦਾ ਕਰੰਟ ਕਵਰ ਕਰ ਲੈਣਾ ਚਾਹੀਦਾ ਬਟ ਸਭ ਤੋਂ ਪਹਿਲਾਂ ਆਪਾਂ ਪ੍ਰਾਇੋਰਟੀ ਕਿਹਨੂੰ ਦੇਣੀ ਚਾਹੀਦੀ ਹੈ ਮੋਸਟ ਇੰਪੋਰਟੈਂਟ ਇਸ਼ੂਜ਼ ਆਪਣੇ ਲਈ 6 ਮੰਨ ਦੇ ਹੋਣੇ ਚਾਹੀਦੇ ਨੇਗੇ ਪਹਿਲੀ ਪ੍ਰਾਇੋਰਟੀ ਆਪਾਂ ਇਹਨੂੰ ਦੇਵਾਂਗੇ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਣੇ ਕੋਲ ਟਾਈਮ ਬਚਦਾ ਤਾਂ ਆਪਾਂ ਟਾਈਮ ਪੀਰੀਅਡ ਉਹਦਾ ਸਲੋਟ ਵਧਾ ਦਾਂਗੇ ਆਪਾਂ 1 ਸਾਲ ਦੇ ਕਰਨੇ ਨੇ ਜਾਂ ਕਿੰਨੇ ਟਾਈਮ ਪੀਰੀਅਡ ਦੇ ਕਰਨੇ ਨੇ ਪਹਿਲਾਂ 6 ਮੰਥ ਜਿੰਨੇ ਵੀ ਇੰਪੋਰਟੈਂਟ ਇਸ਼ੂ ਹੋਣਗੇ ਆਪਾਂ ਉਹ ਕਰਾਂਗੇ ਕਿਉਂ ਕਰਾਂਗੇ ਆਪਾਂ ਦੇਖਾਂਗੇ ਵੀ ਕਿਵੇਂ ਐਗਜ਼ਾਮਸ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇਗੇ ਕਰੰਟ ਦੀ ਕਵਰੇਜ ਕਿਵੇਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕਰੰਟ ਦੇ ਵਿੱਚ ਕੋਈ ਵੀ ਇਸ਼ੂ ਹੈ ਆਪਾਂ ਇਕੱਲਾ ਹੀ ਨਹੀਂ ਦੇਖਾਂਗੇ ਵੀ ਦੀ ਅਪੁਆਇੰਟਮੈਂਟ ਹੋਈ ਇਹ ਨਾਮ ਹੈਗਾ ਉਹਦਾ ਬੈਕਗਰਾਊਂਡ ਦੇਖਾਂਗੇ ਵੀ ਸਟਾਰਟਿੰਗ 'ਚ ਕਦੋਂ ਹੋਇਆ ਸੀ ਜਿਵੇਂ ਸਪੋਜ਼ ਕਰੋ ਏਸ਼ੀਅਨ ਗੇਮਸ ਹੈ ਆਪਾਂ ਦੇਖਿਆ ਸੀ ਇੰਡੀਆ ਨੇ ਕਿੰਨੇ ਵਾਰ ਹੋਸਟ ਕੀਤੀਆਂ ਨੇਗੀਆਂ ਸਭ ਤੋਂ ਪਹਿਲਾਂ ਕਿੱਥੇ ਹੋਈਆਂ ਸੀ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਉਹਨਾਂ ਨੇ ਕਰੰਟ ਦੇ ਨਾਲ ਸਟੈਟਿਕ ਰਿਲੇਟ ਕਰਕੇ ਹੀ ਆਪਾਂ ਕਰੰਟ ਦੀ ਕਵਰੇਜ ਕਰਾਂਗੇ ਨੈਕਸਟ ਕਿਹੜੇ ਕਿਹੜੇ ਐਗਜ਼ਾਮਸ ਨੂੰ ਆਪਾਂ ਰੈਫਰੈਂਸ ਮੰਨ ਕੇ ਚੱਲ ਸਕਦੇ ਹਾਂ ਇੱਥੇ ਇੱਕ ਤਾਂ ਜਿਹੜਾ 5 ਅਗਸਤ ਨੂੰ P SSB ਦਾ ਰੀਸੈਂਟ ਪੇਪਰ ਕੰਡਕਟ ਹੋ ਕੇ ਹਟਿਆ ਹੈਗਾ ਗ੍ਰੇਡ ਏ ਔਰ ਗ੍ਰੇਡ 3 ਲਈ P SSB ਟੈਕਨੀਕਲ ਆਫਿਸਰ ਦਾ ਪੇਪਰ ਸੀ ਆਫਿਸਰ ਰੈਂਕ ਦਾ ਪੇਪਰ ਸੀਗਾ ਉਹਨੂੰ ਮੰਨ ਕੇ ਚੱਲਾਂਗੇ ਦੂਸਰਾ ਐਕਸਾਈਜ਼ ਇੰਸਪੈਕਟਰ ਦਾ ਪੇਪਰ ਜਿਹ 'ਚ ਬਹੁਤ ਵਧੀਆ ਲੈਵਲ ਦੇ ਕੁਐਸਚਨ ਪੁੱਛੇ ਗਏ ਸੀਗੇ ਦੇਖਾਂਗੇ ਆਪਾਂ ਵੀ ਉਹ ਕਰੰਟ ਦੇ ਕੁਐਸਚਨ ਉਹਨਾਂ ਨੇ ਕਿਵੇਂ ਪੁੱਛੇ ਸੀ ਅਤੇ ਆਪਾਂ ਕਿਸ ਤਰੀਕੇ ਨਾਲ ਕਵਰੇਜ ਕਰ ਰਹੇ ਹਾਂ ਆਪਾਂ ਦੇਖੇ ਹੀ ਯੂਟਿਊਬ 'ਤੇ ਆਪਣੀਆਂ ਵੀਕਲੀ ਕਲਾਸਿਸ ਜੋ ਪਈਆਂ ਨੇਗੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਨਵੰਬਰ ਮੰਥ ਦੀਆਂ ਜਿਹਦੇ 'ਚ ਪਤਾ ਲੱਗ ਜੂ ਵੀ ਆਪਾਂ ਉਸ ਲੈਵਲ ਦੇ ਕੁਐਸਚਨ ਕਰ ਰਹੇ ਹਾਂ ਜਾਂ ਨਹੀਂ ਥਰਡ ਹੈ ਕੋਆਪਰੇਟਿਵ ਇੰਸਪੈਕਟਰ ਕੋਆਪਰੇਟਿਵ ਇੰਸਪੈਕਟਰ ਦੀ ਰੈਫਰੈਂਸ ਆਪਾਂ ਕਿਉਂ ਲੈ ਰਹੇ ਹਾਂਗੇ ਕਿਉਂਕਿ ਇਹ ਪੇਪਰ ਪਹਿਲਾਂ PPSC ਲੈਂਦੀ ਸੀਗੀ PPSC ਵੀ ਵਨ ਲਾਈਨਰ ਕੁਐਸਚਨ ਪੁੱਛਦੀ ਹੈ ਜੋ P SSB ਦਾ ਤਾਂ ਮੋਸਟਲੀ ਪੈਟਰਨ ਇਹੀ ਹੈਗਾ ਵਨ ਲਾਈਨਰ ਦਾ ਤਾਂ PPSC ਕਿਹੋ ਜਿਹੇ ਵਨ ਲਾਈਨਰ ਪੁੱਛਦੀ ਸੀ ਅਤੇ PPSC ਵੀ ਉਹਨੂੰ ਪੁੱਛ ਸਕਦੀ ਹੈਗੀ P SSB ਉਸ ਤਰੀਕੇ ਨਾਲ ਤਾਂ ਕਰਕੇ ਆਪਾਂ ਕੋਆਪਰੇਟਿਵ ਇੰਸਪੈਕਟਰ ਦੀ ਇੱਕ ਵਾਰ ਰੈਫਰੈਂਸ ਲਵਾਂਗੇ ਵੀ ਕਿਹੋ ਜਿਹੇ ਕੁਐਸਚਨ ਆਏ ਸੀ ਆਪਾਂ ਆਲਰੇਡੀ ਉਹੋ ਜਿਹੇ ਕਵਰ ਕਰ ਰਹੇ ਹਾਂਗੇ ਇਹ 'ਚ ਕੋਈ ਇਹੋ ਜਿਹੀ ਗੱਲ ਨਹੀਂ ਵੀ PPSC ਲੈਵਲ ਦੇ ਆਪਾਂ ਕਵਰ ਨਹੀਂ ਕਰ ਰਹੇ ਜਿਹੜੇ ਵੀ ਵਨ ਲਾਈਨਰ ਕੁਐਸਚਨ PPSC ਜੇ ਇਹੋ ਜਿਹੇ ਵੀ ਪੁੱਛਦੀ ਹੈ ਆਪਾਂ ਆਲਰੇਡੀ ਆਪਣੀ ਵੀਡੀਓਜ਼ 'ਚ ਕਵਰ ਕਰ ਰਹੇ ਹਾਂਗੇ ਨੈਕਸਟ ਕੀ ਹੈਗਾ ਇਹ ਕੁਝ ਕੁਐਸਚਨ ਹੈਗੇ ਜਿਹੜੇ ਆਪਣੇ ਰੀਸੈਂਟ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਦੇਖਦੇ ਆਪਾਂ ਕਿਹੋ ਜਿਹੇ ਨੇਗੇ ਰਣਜੀ ਟਰਾਫੀ ਬਾਰੇ ਆਇਆ ਹੋਇਆ ਵੀ 2023 ਦਾ ਰਣਜੀ ਟਰਾਫੀ ਦਾ ਟਾਈਟਲ ਕਿਹਨੇ ਜਿੱਤਿਆ ਇਹ ਆਪਣਾ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੈਗਾ ਮਈ 2023 'ਚ ਹੋਇਆ ਸੀ ਇਹ ਪੇਪਰ ਅਤੇ ਕੁਐਸਚਨ ਵੀ ਰਣਜੀ ਟਰਾਫੀ 2023 ਦਾ ਪੁੱਛਿਆ ਹੋਇਆ ਇਹਨਾਂ ਨੇ ਇੱਥੇ ਪੇਪਰ ਹੈਗਾ ਮਈ 2023 ਦਾ ਆਪਣਾ ਐਕਸਾਈਜ਼ ਇੰਸਪੈਕਟਰ ਦਾ ਦੂਸਰਾ ਕੁਐਸਚਨ ਕੀ ਹੈਗਾ ਇਹ ਕਹਿੰਦੇ ਏਸ਼ੀਅਨ ਗੇਮਸ ਜਿਹੜੀਆਂ 2023 'ਚ ਹੋਣੀਆਂ ਨੇ ਕਿਹੜੀ ਕੰਟਰੀ ਹੋਸਟ ਕਰੂਗੀ ਆਪਾਂ ਦੇਖਦੇ ਹਾਂਗੇ ਹੁਣ ਕਿਹੜੀ ਕੋਈ ਹੋਸਟ ਕਰ ਰਹੀ ਹੈ ਇਸ ਤੋਂ ਪਹਿਲਾਂ ਲੀਆਂ ਕਿਹਨੇ ਹੋਸਟ ਕੀਤੀਆਂ ਸੀ ਅਤੇ ਆਉਣ ਵਾਲੀਆਂ ਕਿਹੜੀ ਕੰਟਰੀ ਹੋਸਟ ਕਰੂਗੀ ਅਤੇ ਜਿਹੜੀਆਂ ਫਸਟ ਟਾਈਮ ਹੋਈਆਂ ਸੀਗੀਆਂ ਉਹ ਕਿਹਨੇ ਹੋਸਟ ਕੀਤੀਆਂ ਸੀ ਆਪਾਂ ਇਸ ਤਰੀਕੇ ਨਾਲ ਇਸ਼ੂਜ਼ ਕਵਰ ਕਰਾਂਗੇ ਤਾਂ ਕਰਕੇ ਆਪਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਨੌਲੇਜ ਹੋਵੇ ਨੈਕਸਟ ਕੁਐਸਚਨ ਕੀ ਹੈ ਬੈਸਟ ਐਕਟਰੈਸ ਅਵਾਰਡ ਇਨ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਤਾਂ ਐਕਸਾਈਜ਼ ਇੰਸਪੈਕਟਰ 'ਚ ਮੋਸਟਲੀ ਜਿਹੜੇ ਕੁਐਸਚਨ ਸੀਗੇ ਇਹਨਾਂ ਨੇ ਜਨਵਰੀ ਤੋਂ ਲੈ ਕੇ ਮਈ ਤੱਕ ਦੇ ਪੁੱਛੇ ਹੋਏ ਸੀਗੇ ਜਨਵਰੀ ਤੋਂ ਮਈ ਤੱਕ ਦੇ 4 ਤੋਂ 5 ਮਹੀਨਿਆਂ ਦਾ ਕਰੰਟ ਜਿਹੜਾ ਮੋਸਟਲੀ ਇਹਨਾਂ ਨੇ ਕਵਰ ਕੀਤਾ ਹੋਇਆ ਸੀ ਜਿਸ ਕਰਕੇ ਆਪਾਂ ਪ੍ਰਾਇਓਰਿਟੀ ਸਿਰਫ ਪਹਿਲਾਂ ਪ੍ਰਾਇਓਰਿਟੀ ਕਿਹਨੂੰ ਦੇਵਾਂਗੇ ਪਹਿਲਾਂ 6 ਮਹੀਨਿਆਂ ਨੂੰ ਦੇਵਾਂਗੇ ਤਾਂ ਕਿ ਉਹਦਾ ਕੋਈ ਇਸ਼ੂਜ਼ ਨਾ ਰਹੇ ਕਿ ਨੋਬਲ ਪ੍ਰਾਈਜ਼ ਕਿਹਨੇ ਜਿੱਤਿਆ ਸੀ ਏਸ਼ੀਅਨ ਗੇਮਸ ਕਿਵੇਂ ਨੇ ਨੈਸ਼ਨਲ ਗੇਮਸ G20 ਮੀਟਿੰਗ ਜਿੰਨਾ ਵੀ ਇਹ ਸਾਰਾ ਕੁਝ ਚੱਲ ਰਿਹਾ ਨਿਊਜ਼ 'ਚ ਨੈਕਸਟ ਕੁਐਸਚਨ ਕੀ ਹੈ ਹੂ ਵਿਨ ਦਾ ਆਸਕਰ ਇਨ ਦਾ ਕੈਟਾਗਰੀ ਆਫ ਬੈਸਟ ਕੋਸਟਿਊਮ ਡਿਜ਼ਾਈਨ ਇੰਡੀਆ ਦੀ ਜਿਹੜੀ ਫਸਟ ਇੰਡੀਅਨ ਮੂਵੀ ਹੈ ਟੂ ਵਿਨ ਆਸਕਰ ਜਿਵੇਂ ਆਪਾਂ ਕਿਹਾ ਵੀ ਆਪਾਂ ਏਸ਼ੀਅਨ ਗੇਮਸ 'ਚ ਦੇਖਾਂਗੇ ਫਸਟ ਕਦੋਂ ਕੰਡਕਟ ਹੋਈਆਂ ਸੀ ਕਿਹਨੇ ਕਰਵਾਈਆਂ ਸੀ ਕੌਣ ਜਿੱਤਿਆ ਸੀ ਇਸ ਤਰੀਕੇ ਨਾਲ ਹੀ ਜੇ ਕੋਈ ਅਵਾਰਡ ਹੈ ਫਸਟ ਕਿਹਨੂੰ ਮਿਲਿਆ ਇੰਡੀਆ ਦੇ ਵਿੱਚ ਉਹ ਕਿਹਨੂੰ ਮਿਲਿਆ ਇਸ ਤਰੀਕੇ ਨਾਲ ਸਾਰੀ ਕਵਰੇਜ ਕਰਾਂਗੇ ਆਪਾਂ ਇਹ ਸੀ ਕੁਛ ਐਕਸਾਈਜ਼ ਇੰਸਪੈਕਟਰ ਦੇ ਪੇਪਰ ਦੇ ਕੁਐਸਚਨ ਨੈਕਸਟ ਵੀ ਐਕਸਾਈਜ਼ ਦੇ ਹੀ ਨੇ ਆਪਾਂ ਦੇਖਿਆਗਾ 4 ਕੁਐਸਚਨ ਇਹ 3 ਇਹ 4 ਠੀਕ ਹੈ ਟੋਟਲ 7 ਕੁਐਸਚਨ ਦਾ ਡਾਇਰੈਕਟ ਕਰੰਟ 'ਚ ਉਹਨੇ ਐਕਸਾਈਜ਼ 'ਚ ਬਾਕੀ ਵੀ ਕਿਵੇਂ ਨੇਗੇ ਮਤਲਬ 25 ਨੰਬਰ ਦਾ ਪੇਪਰ ਸੀ ਆਪਣਾ GS ਦਾ ਉਹਦੇ ਵਿੱਚੋਂ 7 ਕੁਐਸਚਨ ਤਾਂ ਇਸ ਤਰੀਕੇ ਨਾਲ ਡਾਇਰੈਕਟਲੀ ਮਿਲ ਗਏ ਆਪਾਂ ਨੂੰ ਹਾਈਐਸਟ ਕੰਟਰੀਬਿਊਟਰ ਪਰ ਕੈਪੀਟਾ ਆਫ ਗ੍ਰੀਨ ਹਾਊਸ ਗੈਸਿਸ ਐਮਿਸ਼ਨ ਗ੍ਰੀਨ ਹਾਊਸ ਗੈਸਿਸ ਦੇ ਐਮਿਸ਼ਨ ਦੇ ਵਿੱਚ ਪਰ ਕੈਪੀਟਾ ਕੰਟਰੀਬਿਊਸ਼ਨ ਦੇ ਵਿੱਚ ਕਿਹੜੀ ਕੰਟਰੀ ਦਾ ਕਿਹੜਾ ਰੈਂਕ ਹੈ ਜਿਵੇਂ ਆਪਾਂ ਹੁਣ ਦੇਖਦੇ ਹਾਂਗੇ ਆਪਾਂ ਦੇਖਿਆ ਸੀਗਾ ਫਿਨਟੈਕ ਦੇ ਵਿੱਚ ਇੰਡੀਆ ਦਾ 3rd ਰੈਂਕ ਹੈ ਇੰਪਲੋਈਜ਼ ਦੀ ਵੈਲਬੀਂਗ ਦੇ ਵਿੱਚ ਇੰਡੀਆ ਦਾ ਕਿਹੜਾ ਰੈਂਕ ਹੈ ਅਤੇ ਯੂਨੀਕੋਰਨਸ ਦੇ ਵਿੱਚ ਇੰਡੀਆ ਦਾ ਕਿਹੜਾ ਰੈਂਕ ਹੈ ਇਸ ਤਰੀਕੇ ਨਾਲ
ਇਹ ਉਸ ਟਾਈਮ ਨਿਊਜ਼ 'ਚ ਸੀਗਾ ਵੀ ਇੰਡੀਆ ਦਾ ਕਿਹੜਾ ਰੈਂਕ ਹੈ ਇੱਥੇ ਜਾਂ ਫਿਰ ਹਾਇਰ ਮਿਸ਼ਨ ਐਮਿਟਰ ਕਿਹੜਾ ਹੈਗਾ ਵਰਲਡ ਦੇ ਵਿੱਚ। ਇਸ ਤਰੀਕੇ ਦੇ ਕੁਐਸਚਨ ਨੋਬਲ ਪ੍ਰਾਈਜ਼ ਦਾ, ਨੋਬਲ ਪ੍ਰਾਈਜ਼ 2022 ਦਾ ਕੁਐਸਚਨ ਪੁੱਛਿਆ ਹੋਇਆ ਗਾ ਇਹਨਾਂ ਨੇ। ਹੁਣ ਕੀ ਚੱਲ ਰਿਹਾ, 23 'ਚ 23 ਦੇ ਜਿਹੜੇ ਅਨਾਊਂਸ ਹੋ ਗਏ ਉਹ ਪੁੱਛੇ ਜਾ ਸਕਦੇ ਨੇਗੇ। ਨੈਕਸਟ ਕੀ ਹੈਗਾ, G20 ਸਮਿਟ ਦੀ ਥੀਮ ਕੀ ਹੈ। 2023 'ਚ ਜਿਹੜੀ ਪ੍ਰੈਜ਼ੀਡੈਂਸ਼ਿਪ ਸੀ G20 ਦੀ ਉਹ ਇੰਡੀਆ ਕੋਲ ਰਹੀ, ਆਪਾਂ ਨੂੰ ਪਤਾ, ਤਾਂ ਕਰਕੇ ਮੋਸਟ ਇੰਪੋਰਟੈਂਟ ਹੋ ਜਾਂਦਾ ਸੀਗਾ ਵੀ G20 ਦੀ ਜਿਹੜੀ ਥੀਮ ਕੀ ਹੈ ਉਹ ਕੀ ਰਹੀ ਸੀ। ਨੈਕਸਟ ਇਹ ਕੁਛ ਕੁਐਸਚਨ ਸੀਗੇ ਪਹਿਲਾਂ ਤਾਂ ਐਕਸਾਈਜ਼ ਇੰਸਪੈਕਟਰ ਦੇ। ਇਹ ਵਾਲੇ ਕੁਐਸਚਨ ਹੈਗੇ 5 ਅਗਸਤ ਨੂੰ ਜਿਹੜਾ ਆਫਿਸਰ ਲੈਵਲ ਦਾ, ਟੈਕਨੀਕਲ ਆਫਿਸਰ ਲੈਵਲ ਦਾ ਪੇਪਰ ਲਿੱਤਾ ਸੀ PSSB ਨੇ, ਉਹਦੇ ਕੁਐਸਚਨ ਹੈਗੇ। ਇਹ ਪੁੱਛਿਆ ਗਿਆ ਇਹਨਾਂ ਨੇ ਵੀ ਪ੍ਰਵੀਨ ਕੁਮਾਰ ਅਤੇ ਨਿਸ਼ਾਦ ਕੁਮਾਰ ਦੋ ਨਾਮ ਸੀਗੇ ਨਿਊਜ਼ 'ਚ, ਇਹ ਕਿਹੜੀ ਗੇਮ ਨਾਲ ਰਿਲੇਟਡ ਨੇਗੇ। ਜਿਵੇਂ ਹੁਣ ਆਪਣੀਆਂ ਗੇਮਸ ਹੋ ਕੇ ਜਿਹੜੀਆਂ ਨੇ ਏਸ਼ੀਅਨ ਦੇ ਨੈਸ਼ਨਲ ਗੇਮਸ, ਉਹਨਾਂ 'ਚ ਜਿਹੜੇ ਬੈਸਟ ਐਥਲੀਟ ਦਾ ਅਵਾਰਡ ਮਿਲੇ ਹੈ ਵੂਮੈਨ ਕੈਟਾਗਰੀ ਔਰ ਮੇਲ ਕੈਟਾਗਰੀ ਦੋਨਾਂ 'ਚ, ਆਪਾਂ ਦੇਖਾਂਗੇ ਵੀ ਉਹ ਕਿਹੜੇ ਕਿਹੜੇ ਐਥਲੀਟ ਨਾਲ ਗੇਮ ਨਾਲ ਰਿਲੇਟਡ ਨੇਗੇ। ਨੈਕਸਟ ਹੈਗਾ ਸੈਟੇਲਾਈਟ ਲਾਂਚ ਕੀਤੀ ਹੈਗੀ ਇਸਰੋ ਨੇ, ਕੌਣ ਕੌਣ ਇਨਵੋਲਵ ਸੀ ਉਹ 'ਚ, 750 ਗਰਲਸ 75 ਰੂਰਲ ਸਕੂਲਸ ਦੁਆਰਾ ਲਾਂਚ ਕੀਤੀ ਗਈ ਹੈਗੀ, ਉਹ ਸੈਟੇਲਾਈਟ ਦਾ ਨਾਮ ਕੀ ਸੀਗਾ। ਨੈਕਸਟ ਹੈਗਾ ਆਫੀਸ਼ੀਅਲੀ ਰੀਐਂਟਰਡ ਕਿਹੜੀ ਕੰਟਰੀ ਕੀਤੀ ਹੈ ਹੁਣ ਯੂਨੈਸਕੋ ਦੇ ਵਿੱਚ, ਉਦੋਂ ਇਹ ਰੀਸੈਂਟ ਉਦੋਂ ਨਿਊਜ਼ 'ਚ ਸੀਗਾ ਵੀ ਕਿਹੜੀ ਕੰਟਰੀ ਐਡ ਹੋਈ ਹੈ, ਕਿਹੜੀ ਐਡ ਰਿਮੂਵ ਹੋਈ ਹੈ। ਜਿਵੇਂ ਹੁਣ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ 'ਚ ਆਪਾਂ ਦੇਖਦੇ ਹਾਂਗੇ ਵੀ ਕਿਹੜੀ ਨੂੰ ਰਿਮੂਵ ਕੀਤਾ ਹੈ, ਕਿਹੜੀ ਨੂੰ ਹੁਣ ਐਡ ਕੀਤਾ ਹੈਗਾ। ਉਸ ਤਰੀਕੇ ਨਾਲ ਵੀ ਜਿਹੜੀ ਜਿਹੜੀ ਇੰਪੋਰਟੈਂਟ ਇਸ਼ੂਜ਼ ਨੇ ਆਪਾਂ ਸਾਰੇ ਇਸ ਤਰੀਕੇ ਨਾਲ ਕਵਰ ਕਰ ਰਹੇ ਹਾਂ ਕਿ ਆਪਣੇ ਐਗਜ਼ਾਮ ਪਰਸਪੈਕਟਿਵ 'ਚ ਉਹ ਸਾਰੇ ਇਸ਼ੂਜ਼ ਕਵਰ ਹੋਣ, ਮੈਕਸੀਮਮ ਟੂ ਮੈਕਸੀਮਮ ਕਰੰਟ ਅਫੇਅਰਸ ਦੇ ਵਿੱਚ। ਇਹ ਕੀ ਹੈਗਾ, ਇਹ ਡਾਇਰੈਕਟਲੀ ਤਾਂ ਨਹੀਂ ਕੁਐਸਚਨ ਹੈਗੇ ਕਰੰਟ ਦੇ ਵਿੱਚੋਂ, ਦੇਖਣ ਨੂੰ ਤਾਂ ਸਾਰੇ ਸਟੈਟਿਕ ਦੇ ਹੀ ਕੁਐਸਚਨ ਨੇ, ਬਟ ਕੀ ਹੋ ਜਾਂਦਾ ਕਿਵੇਂ ਕਿਸੇ ਫੇਮਸ ਪਰਸਨੈਲਿਟੀ ਦੀ ਬਰਥ ਐਨਵਰਸਰੀ ਹੈ, ਕਿਸ ਕੁਛ ਹੋਰ ਚੱਲ ਰਿਹਾ ਨਿਊਜ਼ ਦੇ ਵਿੱਚ, ਉਹਨਾਂ ਦਾ ਕੁਛ 100 ਈਅਰਸ ਕੰਪਲੀਟ ਹੋਏ ਨੇ ਜਾਂ 50 ਈਅਰਸ ਹੋਏ ਨੇ ਕਿਸੇ ਚੀਜ਼ ਦੇ, ਉਸ ਤਰੀਕੇ ਨਾਲ ਇਹ ਕੁਐਸਚਨ ਆਪਾਂ ਕਰੰਟ ਦੇ ਥਰੂ ਸਟੈਟਿਕ ਤੱਕ ਪਹੁੰਚ ਜਾਂਦੇ ਹੁੰਦੇ ਹਾਂ। ਜਿਵੇਂ ਕੀ ਸੀਗਾ, ਆਪਾਂ ਅਬੁਲ ਕਲਾਮ ਆਜ਼ਾਦ ਜੀ ਦੀ ਇਗਜ਼ਾਮਪਲ ਲੈ ਰਹੇ ਸੀਗੇ ਵੀ ਉਹ ਕੌਣ ਸੀਗੇ, ਫਸਟ ਐਜੂਕੇਸ਼ਨ ਮਿਨਿਸਟਰ ਸੀ JB ਕ੍ਰਿਪਲਾਨੀ ਜੀ ਦੀ, ਜਿਹੜੀ ਵਾਈਫ ਸੀ ਸੁਚੇਤਾ ਕ੍ਰਿਪਲਾਨੀ, ਉਹ ਫਸਟ ਚੀਫ ਮਿਨਿਸਟਰ ਆਫ ਇੰਡੀਆ ਬਣੇ ਸੀ। ਇਸ ਤਰੀਕੇ ਨਾਲ ਇਹ ਕੁਐਸਚਨ ਵੀ ਕਰੰਟ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਆਪਾਂ ਜਿੰਨੇ ਵੀ ਹੋ ਸਕੇ, ਤਾਂ ਕਿ ਆਪਣੀ ਸਟੈਟਿਕ ਦੀ ਕਵਰੇਜ ਵੀ ਮੈਕਸੀਮਮ ਹੋ ਸਕੇ ਕਰੰਟ ਦੇ ਥਰੂ। ਇਹ ਕੀ ਹੈਗਾ, ਕੁਛ ਜਿਵੇਂ ਜਿਹੜੀਆਂ ਵੀ ਅਪੁਆਇੰਟਮੈਂਟਸ ਨੇ ਜਾਂ ਕੁਛ ਹੋਰ ਹੈ ਪੋਲਿਟੀ ਦੇ ਨਾਲ ਰਿਲੇਟਡ ਇਸ਼ੂ, ਜਿਵੇਂ ਗਵਰਨਰ, ਪ੍ਰੈਜੀਡੈਂਟ, ਉਹਨਾਂ ਦੇ ਆਰਟੀਕਲ, ਬਜਟ, ਜਿਹੜਾ ਵਿੰਟਰ ਸੈਸ਼ਨ ਚੱਲ ਰਿਹਾ, ਹੋਰ ਸਾਰਾ ਕੁਛ ਵੀ ਉਹਨਾਂ ਦੇ ਕਿਹੜੇ ਕਿਹੜੇ ਆਰਟੀਕਲ ਦੇ ਅੰਡਰ ਆਉਂਦੇ ਨੇ ਆਪਣੇ ਇੰਡੀਅਨ ਕੋਨਸਟੀਟਿਊਸ਼ਨ ਦੇ ਵਿੱਚ। ਇਹ ਸੀਗੇ ਆਪਣੇ ਪੁਰਾਣੇ ਪੇਪਰ 'ਚ ਕੁਛ ਕੁਐਸਚਨ ਸੀਗੇ ਜਿਹੜੇ। ਨੈਕਸਟ ਕੀ ਆਪਣੇ ਕੋਲ, ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ ਸੀਗਾ 2022 ਦੇ ਵਿੱਚ, ਉਹਦੇ ਵਿੱਚ ਕਿਹੋ ਜਿਹੇ ਕੁਐਸਚਨ ਪੁੱਛੇ ਗਏ ਸੀ ਆਪਾਂ ਦੇਖਿਆਗਾ। ਸਸਟੇਨੇਬਲ ਡਿਵੈਲਪਮੈਂਟ ਗੋਲ, ਜਿਹੜੀ ਆਪਣੀ ਫਸਟ ਵੀਡੀਓ ਹੈਗੀ, ਵੀਕਲੀ ਵੀਡੀਓ ਹੈ ਨਵੰਬਰ ਦੀ, ਉਹਦੇ ਵਿੱਚ ਆਪਾਂ ਦੇਖਿਆ ਸੀਗਾ ਸਸਟੇਨੇਬਲ ਡਿਵੈਲਪਮੈਂਟ ਗੋਲ ਵੀ ਆਪਣੇ ਲਈ ਇੰਪੋਰਟੈਂਟ ਨੇਗੇ। ਇਹਦੇ ਵਿੱਚ ਪੁੱਛਿਆ ਗਿਆ ਵੀ ਮੇਕ ਸਿਟੀਜ਼ ਐਂਡ ਹਿਊਮਨ ਸੈਟਲਮੈਂਟ ਇਨਕਲੂਸਿਵ, ਸੇਫ ਐਂਡ ਰਿਜ਼ੀਲੀਅੰਟ ਐਂਡ ਸਸਟੇਨੇਬਲ, ਵੀ ਕਿਹੜਾ ਸਸਟੇਨੇਬਲ ਡਿਵੈਲਪਮੈਂਟ ਗੋਲ ਦੇ ਅੰਡਰ ਆਪਾਂ ਇਹ ਟਾਰਗੇਟ ਨੂੰ ਕਵਰ ਕਰ ਦਿਆਂਗੇ। ਨੈਕਸਟ ਹੈ ਸਸਟੇਨੇਬਲ ਡਿਵੈਲਪਮੈਂਟ ਦੀ ਡੈਫੀਨੇਸ਼ਨ ਕੀ ਹੈਗੀ, ਆਪਾਂ ਦੇਖਿਆ ਸੀਗਾ ਜਿਵੇਂ ਕੋਈ ਵੀ ਟੋਪਿਕ ਆਪਾਂ ਸਸਟੇਨੇਬਲ ਡਿਵੈਲਪਮੈਂਟ ਦੀ ਕਾਫੀ ਵਾਰ ਡੈਫੀਨੇਸ਼ਨ ਦੇਖ ਚੁੱਕੇ ਹਾਂ, ਵਿੰਡਫਾਲ ਟੈਕਸ ਵਗੈਰਾ ਦੀ। ਇਸ ਤਰੀਕੇ ਦੇ ਟੋਪਿਕ ਜਿਹਦੇ ਨਿਊਜ਼ 'ਚ ਹੁੰਦੇ ਨੇਗੇ ਥੋੜ੍ਹੇ ਕੰਪਲੈਕਸ ਹੁੰਦੇ ਨੇ, ਉਹਨਾਂ ਨੂੰ ਈਜ਼ੀ ਵੇ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂਗੇ, ਸਾਰਾ ਕੁਛ ਆਪਾਂ ਕਵਰ ਕਰ ਰਹੇ ਹਾਂ ਆਪਣੇ। ਅੱਗੇ ਹੈਗਾ ਕੁਛ ਡਿਫੈਂਸ ਰਿਲੇਟਡ ਨਿਊਜ਼, ਦੋ ਕੰਟਰੀ ਦੇ ਵਿੱਚ ਕਿਹੜੀਆਂ ਐਕਸਰਸਾਈਜ਼ ਹੁੰਦੀਆਂ ਨੇ, ਇੰਡੀਆ ਨੇ ਕਿਹੜੀ ਰੀਸੈਂਟਲੀ ਮਿਸਾਈਲ ਲਾਂਚ ਕੀਤੀ ਹੈ, ਜਿਵੇਂ ਆਪਾਂ ਪ੍ਰਲੇ ਔਰ ਨਿਰਭੈ ਮਿਸਾਈਲਸ ਕੀਤੀਆਂ ਸੀਗੀਆਂ ਹੁਣ ਰੀਸੈਂਟਲੀ। ਇਸ ਤਰੀਕੇ ਨਾਲ ਵੀ ਸਰਫੇਸ ਟੂ ਸਰਫੇਸ ਹੈ, ਸਰਫੇਸ ਟੂ ਏਅਰ ਹੈ, ਇਹ ਸਾਰਾ ਕੁਛ ਇਹੋ ਜਿਹੇ ਕੁਐਸਚਨ ਆਪਾਂ ਨੂੰ ਪਹਿਲਾਂ ਪੁੱਛੇ ਗਏ ਨੇ, ਅਤੇ ਇਸ ਤਰੀਕੇ ਦੀ ਹੀ ਆਪਾਂ ਪ੍ਰੋਪਰ ਕਵਰੇਜ ਕਰ ਰਹੇ ਹਾਂਗੇ, ਤਾਂ ਕਿ ਆਪਣਾ ਸੀਨੀਅਰ ਅਸਿਸਟੈਂਟ ਕੰਮ ਜਿਹੜਾ ਇੰਸਪੈਕਟਰ ਦਾ ਪੇਪਰ ਹੈਗਾ ਉਹਦੇ ਵਿੱਚ ਕੋਈ ਕੁਐਸਚਨ ਰਹੇ ਨਾ ਕਰੰਟ ਦਾ ਸਪੈਸ਼ਲੀ। ਸੋ ਇਹ ਸੀ ਸਾਰਾ ਕੁਛ ਆਪਾਂ ਕਵਰ ਕਿਵੇਂ ਕਰਾਂਗੇ। ਯੂਟਿਊਬ 'ਤੇ ਫਿਲਹਾਲ ਆਪਣੀਆਂ ਵੀਕਲੀ ਵੀਡੀਓਜ਼ ਆ ਰਹੀਆਂ ਨੇ ਨਵੰਬਰ ਦੀਆਂ, ਇਸ ਤੋਂ ਪਹਿਲਾਂ ਵੀ ਜੁਲਾਈ ਤੋਂ ਲੈ ਕੇ ਆਪਾਂ ਮੰਥਲੀ ਸਾਰੇ ਇੰਪੋਰਟੈਂਟ ਇਸ਼ੂਜ਼ ਇੱਕ ਇੱਕ ਕਰਕੇ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਸਾਰਾ ਕੁਛ ਤੁਹਾਨੂੰ ਯੂਟਿਊਬ 'ਤੇ ਪ੍ਰੋਵਾਈਡ ਕਰਾਂਗੇ, ਅਤੇ ਉਹਦੀ ਜਿਹੜੀ PDFs ਨੇ ਉਹ ਸਾਰਾ ਕੁਛ ਆਪਾਂ ਇਲੈਕਟ੍ਰਿਕ ਇੰਗਲਿਸ਼ ਦੇ ਟੈਲੀਗ੍ਰਾਮ ਚੈਨਲ 'ਤੇ ਅਪਲੋਡ ਕਰ ਦਾਂਗੇ, ਤਾਂ ਕਿ ਤੁਸੀਂ ਉਸ ਤੋਂ ਬਾਅਦ ਵੀਡੀਓ ਤੋਂ ਬਾਅਦ ਉਹਨਾਂ ਨੂੰ ਰਿਵਾਈਜ਼ ਕਰ ਲਓ। ਇਸ ਤੋਂ ਇਲਾਵਾ ਜੇ ਕਰੰਟ ਤੋਂ ਇਲਾਵਾ ਆਪਾਂ ਬਾਕੀ ਸਾਰੀ ਪ੍ਰੈਪਰੇਸ਼ਨ ਕਰਨੀ ਹੈ ਉਹ ਕਿਵੇਂ ਕਰ ਸਕਦੇ ਹਾਂ, ਅਗਰ ਕਿਸੇ ਦੀ ਤਿਆਰੀ ਫਿਲਹਾਲ
इनिशियल स्टेजेस से जिन्होंने गाइडेंस की लड़ है किसी भी तरीके की वो लक्ष्य बैच ज्वाइन कर सकता है। वो की कॉम्पोनेंट्स मिलने अपन फर्स्ट अपने को सिलेबस टॉपिक वाइज मतलब हर सब्जेक्ट वाइज कल कल टॉपिक डिटेल के थ्यूरी कवर कराई जाऊगी ऑल सब्जेक्ट की थ्यूरी क्लासिज कराई जाऊगी विद PDFs वो मिलेगी। सैकेंड ये अपन की मिलेगा टॉपिक वाइज टैसट मिलने ताकि जिमें जिमें आप टॉपिक कवर करी जाइए उमें आप टैसट की प्रैपरेशन करिए। थर्ड कॉम्पोनेंट की होगा अपने को PYQ जी बुक हैगी वो अपने घर पहुँचाई जाऊगी ताकि हार्ड कॉपी तो आप मिक्स क्वेश्चन जिमें पेपर चाहते हैं उमें उन्होंने सारे कवर कर लिए। नैक्सट जो आप सारा कुछ कवर कर लिया फिर आप नैक्सट की कर सकते हैं मॉक टैसट लगा सकते हैं फुल लेंथ मॉक टैसट। मॉक टैसट तो पहला की इंपॉर्टेंट है प्रीवियस ईयर क्वेश्चन लगाने प्रीवियस ईयर क्वेश्चन ही मोस्ट रेलेवेंट रहेंगे अपनी एग्जाम प्रैपरेशन के लिए। उस तो बाद मॉक टैसट से शिफ्ट कर सकते आप जिदे करके अपन मतलब पेपर के सब तो ज़्यादा हैल्प कितों होगी प्रीवियस ईयर क्वेश्चन तो क्योंकि ऑफिशियली बॉडी की माइंडसैट न चलती वो अपन उतों ही पता लगेगा। सो इस तरीके आप अपनी सारी प्रैपरेशन कॉन्टीन्यू कर सकते हैं सीनियर असिस्टेंट कम इंस्पैक्टर के पेपर के लिए। सो यी अपनी अज की क्लास जिदे आप सारा ये देखिए भी करंट आप किमें कवर करना है। सो थैंक यू हैव अ नाइस डे सारे।